ਕਿਸੇ ਵੀ ਫਸਲ ਦਾ ਝਾੜ ਉਹਦੇ ਬੀਜ ਦੇ ਉੱਤੇ ਨਿਰਧਾਰਤ ਹੁੰਦਾ ਹੈ ਬੀਜ ਦੇ ਉੱਤੇ ਟਿਕਿਆ ਹੁੰਦਾ ਹੈ ਜੇਕਰ ਉਹਦਾ ਬੀਜ ਚੰਗਾ ਆਪਾਂ ਪਾਉਨੇ ਆ ਬੀਜ ਦੀ ਬਜਾਈ ਆਪਾਂ ਵਧੀਆ ਢੰਗ ਦੇ ਨਾਲ ਕਰਦੇ ਆ ਜਾਂ ਫਿਰ ਆਪਾਂ ਉਹਦੀ ਪੌਦ ਜਿਹੜੀ ਆ ਬੜੇ ਸੋਹਣੇ ਤਰੀਕੇ ਦੇ ਨਾਲ ਸਚੱਜੇ ਢੰਗਾਂ ਦੇ ਨਾਲ ਬੀਜਦੇ ਆ ਤਾਂ ਆਪਣਾ ਝਾੜ ਆਪਾਂ ਨੂੰ ਵਧੀਆ ਮਿਲੇਗਾ ਜੇਕਰ ਆਪਾਂ ਪੌਦ ਵਿਜਣ ਲੱਗਿਆਂ ਪਨੀਰੀ ਵਿਜਣ ਲੱਗਿਆਂ ਕੁਝ ਗਲਤੀਆਂ ਕਰਦੇ ਆ ਜਾਂ ਫਿਰ ਪਤਾ ਹੁੰਦਿਆਂ ਸੁੰਦਿਆਂ ਵੀ ਆਪਾਂ ਕੁਝ ਅਣਗਹਿਲੀਆਂ ਵਰਤ ਜਾਂਦੇ ਆ ਤਾਂ ਆਪਾਂ ਨੂੰ ਝਾੜ ਦੇ ਵਿੱਚ ਗਰਾਵਡ ਜੜੀਏ ਦੇਖਣ ਨੂੰ ਮਿਲੇਗੀ ਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਝੋਨੇ ਦੇ ਵਿੱਚ ਜਾ ਕੇ ਅੱਗੇ ਆਪਾਂ ਨੂੰ ਫਟਾਰੇ ਸਮੇਂ ਵੇਖਣ ਨੂੰ ਮਿਲਣਗੀਆਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਬੜੀ ਜ਼ਿਆਦਾ ਜ਼ਰੂਰੀ ਗੱਲਬਾਤ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਤੇ ਜਿਹੜੇ ਕੁਝ ਨਵੇਂ ਪੈਣ ਭਰਾ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਸਬਸਕ੍ਰਾਈਬ ਕਰਕੇ ਨਾਲ ਬੈਲ ਜੜੀਆ ਜ਼ਰੂਰ ਦਬਾ ਲਓ ਝੋਨੇ ਦੀ ਪਨੀਰੀ ਬੀਜਣ ਲੱਗਿਆਂ ਬੜੇ ਜ਼ਿਆਦੇ ਕਿਸਾਨ ਜਿਹੜੇ ਨੇ 70 ਤੋਂ 80% ਤੱਕ ਹੋ ਸਕਦੇ ਨੇ ਜਿਹੜੇ ਅਣਗਹਿਲੀ ਕਰ ਜਾਂਦੇ ਨੇ ਸਾਰੀਆਂ ਕਿਸਮਾਂ ਦਾ ਵੀ ਇੱਕੋ ਜਿਹਾ ਮਰਲੇ ਦੇ ਵਿੱਚ ਪਾਉਂਦੇ ਨੇ ਬਾਸਮਤੀਆਂ ਨੂੰ ਪੀਆਰ ਨੂੰ ਜਾਂ ਪੀਆਰ ਕਿਸਮਾਂ ਦੇ ਵਿੱਚੋਂ ਵੀ ਬੜੀਆਂ ਜ਼ਾਦੀਆਂ ਕਿਸਮਾਂ ਹੈਗੀਆਂ ਨੇ ਜਿਨ੍ਹਾਂ ਦਾ ਵੀ ਆਪਾਂ ਨੂੰ ਵਦਾ ਕਟਾ ਕੇ ਮਰਲੇ ਦੇ ਵਿੱਚ ਪਾਉਣਾ ਪੈਂਦਾ ਜੇਕਰ ਤੁਸੀਂ ਸਾਰੇ ਖੁੱਤੇ ਕੋੜੇ ਇੱਕੋ ਜੇ ਕਰੋਗੇ ਸਾਰੀਆਂ ਕਿਸਮਾਂ ਦਾ ਵੀ ਇੱਕੋ ਜਿਹਾ ਪਾਓਗੇ ਮਰਲਿਆਂ ਦੇ ਵਿੱਚ ਪਨੀਰੀ ਬੀਜਣ ਲੱਗਿਆਂ ਤਾਂ ਤੁਹਾਡੀ ਪਨੀਰੀ ਇਹ ਕਦੇ ਵੀ ਵਧੀਆ ਤਿਆਰ ਨਹੀਂ ਹੋ ਸਕਦੀ ਸਭ ਤੋਂ ਪਹਿਲੇ ਨੰਬਰ ਤੋਂ ਆਪਾਂ ਬਾਸਮਤੀ ਤੋਂ ਸ਼ੁਰੂ ਕਰਦੇ ਆਂ ਬਾਸਮਤੀ ਦੀ ਪਨੀਰੀ ਬੀਜਣ ਲੱਗਿਆਂ 1509 ਕਿਸਮਾਂ 17 18 ਜਾਂ 1121 ਜਾਂ ਹੋਰ ਵੀ ਕਈ ਕਿਸਮਾਂ ਹੈਗੀਆਂ ਨੇ 1692 ਜਿਵੇਂ ਇਸ ਵਾਰੀ ਨਵੀਂ ਕਿਸਮ ਆਈਏ ਇਹਨਾਂ ਦੀ ਬਜਾਈ ਕਰਨ ਲੱਗਿਆਂ 1.5 ਤੋਂ ਲੈ ਕੇ 2 ਕਿਲੋ ਅੱਬਲ ਤਾਂ 1.5 ਕਿਲੋ ਜਾਂ ਜ਼ਿਆਦਾ ਤੋਂ ਜ਼ਿਆਦਾ 2 ਜਿਹੜਾ 2 ਕਿਲੋ ਹੀ ਇੱਕ ਮਰਲੇ ਦੇ ਵਿੱਚ ਆਪਾਂ ਪਾਉਣਾ ਹੈ ਜੇਕਰ ਇਹਦੇ ਤੋਂ ਜ਼ਿਆਦਾ 2 ਆਪਾਂ ਇੱਕ ਮਰਲੇ ਦੇ ਵਿੱਚ ਪਾ ਦਿੰਨੇ ਆ ਤਾਂ ਪਨੀਰੀ ਜਿਆਦਾ ਹੀ ਸੰਘਣੀ ਹੋਣ ਦੇ ਕਰਕੇ ਪਤਲੀ ਰਹਿ ਜਾਂਦੀ ਏ ਜਦੋਂ ਪਤਲੀ ਹੁੰਦੀ ਏ ਤਾਂ ਬਾਸਮਤੀ ਜਿਹੜੀ ਹੈ ਬੜੀ ਜਿਆਦਾ ਸੈਂਸਿਟਿਵ ਜੀ ਇੱਕ ਚੀਜ਼ ਹੈ ਇਹ ਪਾਣੀ ਦੇ ਵਿੱਚ ਜ਼ਿਆਦਾ ਗਲਦੀ ਏ ਜਦੋਂ ਆਪਾਂ ਪਨੀਰੀ ਪੁੱਟ ਕੇ ਕद्दू ਦੇ ਵਿੱਚ ਲਾਵਾਂਗੇ ਤਾਂ ਉੱਥੇ ਜਾ ਕੇ ਪਤਲੀ ਪਨੀਰੀ ਜੜੀਏ ਬਾਸਮਤੀ ਦੀ ਉਹ ਕਾਮਯਾਬ ਨਹੀਂ ਹੁੰਦੀ ਇਹਦੇ ਤੋਂ ਬਾਅਦ ਦੇ ਵਿੱਚ ਬਾਸਮਤੀਆਂ ਤੋਂ ਬਾਅਦ ਦੇ ਵਿੱਚ ਪੀਆਰ ਕਿਸਮਾਂ ਦਾ ਪਰਮਲ ਝੋਨੇ ਆ ਦੀ ਪਨੀਰੀ ਵਿਜਣ ਲੱਗਿਆਂ ਕੰਮ ਬਿਲਕੁਲ ਉਲਟ ਹੋ ਜਾਂਦਾ ਉਹਦੇ ਵਿੱਚ ਪੀਆਰ 121 ਝੋਨੇ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਕਿਸਮਾਂ ਨੇ ਸਾਰੀਆਂ ਦਾ ਵੀ 2 ਤੋਂ ਲੈ ਕੇ 2.5 ਕਿਲੋ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ 3/3 ਕਰਮਾ ਦਾ ਮਰਲਾ ਜਿਹੜਾ ਆਪਾਂ ਬਡਾਉਣੇ ਆ 2 ਤੋਂ ਲੈ ਕੇ 2.5 ਕਿਲੋ ਪ੍ਰਤੀ ਮਰਲੇ ਦਾ ਬੀਜ ਜਿਹੜਾ ਉਹਨਾਂ ਕਿਸਮਾਂ ਦਾ ਆਪਾਂ ਪਾਉਣਾ ਹੈ ਪੀਆਰ 121 ਨੂੰ ਛੱਡ ਕੇ ਬਾਕੀ ਕੋਈ ਵੀ ਤੁਹਾਡੀ ਕਿਸਮਾਂ ਪੀਆਰ 121 ਦਾ ਬੀਜ ਜਿਹੜਾ ਇੱਕ ਮਰਲੇ ਦੇ ਵਿੱਚ ਘੱਟੋ ਘੱਟ 3 ਕਿਲੋ ਤੇ ਜ਼ਿਆਦਾ ਤੋਂ ਜ਼ਿਆਦਾ 3.5 ਕਿਲੋ ਇਹਦੇ ਤੋਂ ਘੱਟ ਵੀ ਬਿਲਕੁਲ ਵੀ ਨਹੀਂ ਆਪਾਂ ਪਾਉਣਾ PR121 ਦਾ ਜੇਕਰ ਤੁਸੀਂ ਘੱਟ ਬੀਜ ਪਾ ਕੇ ਪਨੀਰੀ ਬੀਜ ਦਿਓ 2 ਕਿਲੋ ਪਾ ਕੇ ਬੀਜ ਦਿੰਦੇ ਹੋ 2.5 ਕਿਲੋ ਪਾ ਕੇ ਬੀਜ ਦਿੰਦੇ ਹੋ ਤਾਂ ਇਹ ਇਹੋ ਜੀ ਕਿਸਮ ਹੈ ਕਿ ਉੱਥੇ ਹੀ ਖਿਲਰਨਾ ਸ਼ੁਰੂ ਹੋ ਜਾਂਦੀ ਹੈ 20 ਦਿਨਾਂ ਤੋਂ ਬਾਅਦ ਦੇ ਵਿੱਚ ਪਨੀਰੀ ਉੱਪਰ ਵੱਲ ਨੂੰ ਨਹੀਂ ਵਧਦੀ ਜੇਕਰ ਇਹਦਾ ਵੀ ਤੁਸੀਂ ਘੱਟ ਪਾਉਗੇ ਤਾਂ ਇਹ ਪਨੀਰੀ ਤੂੰ ਹੀ ਜਿਹੜਾ ਖਿਲਰਨਾ ਸ਼ੁਰੂ ਹੋ ਜਾਂਦੀ ਹੈ ਤੁਸੀਂ ਸਪਰੈਆ ਕਰੋਗੇ ਨੂੰ ਉੱਪਰ ਵੱਲ ਨੂੰ ਵਧਾਉਣ ਦੇ ਵਾਸਤੇ ਪਰ ਇਹ ਸਾਈਡਾਂ ਵੱਲ ਨੂੰ ਖਿਲਰਦੀ ਏ ਜੇਕਰ ਤੁਸੀਂ 3 ਕਿਲੋ ਤੋਂ ਘੱਟ ਵੀ ਜਿਹੜਾ ਇੱਕ ਮਰਲੇ ਦਾ PR121 ਦਾ ਪਾਉਂਦੇ ਹੋ ਸੋ ਇਹ ਕੁਝ ਖਾਸ ਗੱਲਾਂ ਨੇ ਨਿੱਕੀਆਂ-ਨਿੱਕੀਆਂ ਜੜੀਆਂ ਬੜਾ ਜ਼ਿਆਦਾ ਵੱਡੇ ਪ੍ਰਭਾਵ ਪਾਉਂਦੀਆਂ ਨੇ ਛੋਟੀਆਂ ਚੀਜ਼ਾਂ ਨੇ ਅਸਰ ਆਪਾਂ ਨੂੰ ਬੜੇ ਜ਼ਿਆਦਾ ਵੱਡੇ ਅੱਗੇ ਜਾ ਕੇ ਇਹਨਾਂ ਦੇ ਵੇਖਣ ਨੂੰ ਮਿਲਦੇ ਨੇ ਕਿਸਮਾਂ ਦੇ ਹਿਸਾਬ ਦੇ ਨਾਲ ਹੀ ਆਪਾਂ ਬੀ ਪਾਉਣਾ ਹੈ ਪਨੀਰੀ ਬੀਜਣ ਲੱਗਿਆਂ ਸਾਰੀਆਂ ਕਿਸਮਾਂ ਦਾ ਸਾਰੀਆਂ ਵੈਰਾਈਟੀਆਂ ਦਾ ਬੀ ਇੱਕੋ ਜਿਹਾ ਆਪਾਂ ਇੱਕ ਮਰਲੇ ਦੇ ਵਿੱਚ ਪਾ ਕੇ ਪਨੀਰੀ ਦੀ ਬਜਾਈ ਜਿਹੜੀ ਹੈ ਨਹੀਂ ਕਰਨੀ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਜੇਕਰ ਤੁਹਾਡਾ ਕੋਈ ਸਵਾਲ ਸੁਝਾਅ ਹੈਗਾ ਤਾਂ ਕਮੈਂਟਾਂ ਦੇ ਵਿੱਚ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਸਬਸਕ੍ਰਾਈਬ ਕਰਨ ਲਈ ਚੈਨਲ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ